ਰੋਟੀ ਮੈਂ ਇੱਥੇ ਬਾਜਵੇਲੇ ਚੋਲੇ ਤੇ ਮੈਂ ਪਕਾਉਣੀ ਆ ਗੇਂਸ ਤੇ ਵੀ ਪਕਾਉਣੀ ਮੈਂ ਚੁੱਲ੍ਹੇ ਤੇ ਵੀ ਪਕਾਉਨੀਆਂ ਇੱਥੇ ਸੱਪ ਐਦੇ ਰੋਟੀ ਪਕਾਉਂਦੀ ਤੇ ਕੋਲ ਆ ਜਾਂਦੇ ਆ ਮੈਂ ਐਦੇ ਆਟਾ ਮੀਂਹ ਪੈਂਦਾ ਮੈਂ ਐਦੇ ਆਟਾ ਲੈ ਕੇ ਨਾਲ ਜਾਂਦੀ ਆ ਇਹੜੇ ਐਡਾਡੇ ਮੋਟੇ ਸੱਪ ਐਡੇ ਇੱਥੇ ਰਹਿੰਦੇ ਐਡਾਡੇ ਲੰਬੇ ਹਾਂਜੀ ਐਸ ਕਮਰੇ ਚ ਪਿੱਛੇ ਪਿੱਛੇ ਖੇਤਾਂ ਚੋਂ ਆਂਦੇ ਆ ਅੱਛਾ ਬਹੁਤ ਜ਼ਿੰਦਗੀ ਮੇਰੀ ਖਰਾਬ ਇੱਕ ਦਿਨ ਮੇਰਾ ਪਾਣੀ ਵੀ ਡਲ ਕੇ ਪੀਣ ਲੱਗੀ ਦਾ ਮੈਂ ਨੱਠ ਕੇ ਉਧਰੋਂ ਚੱਲ ਗਈ ਮੈਂ ਮੈਂ ਇੱਕ ਦਿਨ ਉਹ ਛੱਤ ਨਾਲ ਲੰਮਕਦਾ ਮੈਂ ਸਰਪੰਚ ਨੂੰ ਫੋਨ ਕੀਤਾ ਉਹ ਗੱਡਣਾ ਉੱਪਰ ਲੈਨ ਮੈਂ ਕਿਹਾ ਸਰਪੰਚ ਜੀ ਸੱਪ ਲਾਮਕ ਦਾ ਵੇ ਤੁਸੀਂ ਆਇਓ ਤੁਸੀਂ ਫੜ ਕੇ ਬਾਹਰ ਕੱਢ ਦਿੰਨੇ ਆ ਉਹ ਕਹਿੰਦੇ ਮੈਂ ਨਵੇਂ ਸ਼ਹਿਰ ਮਰ ਦੇ ਘੰਟੇ ਤੀ ਆਇਆ ਉਹ ਮੁੜ ਕੇ ਆਇਆ ਨਹੀਂ ਫਿਰ ਉਹਨੂੰ ਮੈਂ ਦੱਸਿਆ ਵੇ ਐਡਾ ਸਰਪੰਚ ਜੀ ਸੱਪ ਸਗਾ ਵੇ ਪੂਰਾ ਬਾਲ ਪਾ ਕੇ ਇਦਾਂ ਲਾਮਕੇ ਅਸੀਂ ਖੇਤ ਵੱਲੋਂ ਆਇਆ ਹੁਣ ਇਹਨਾਂ ਦੀ ਜਿਹੜੀ ਘਰ ਦੀ ਕੰਡੀਸ਼ਨ ਆ ਕਾਫੀ ਖਰਾਬ ਹੋ ਚੁੱਕੀ ਆ ਕਮਰੇ ਲਿੱਗਦੇ ਆ ਜਾਂ ਕੁਝ ਵੀ ਆ ਇਹਨਾਂ ਦਾ ਜਾਨਕੀ ਪਿੰਡ ਵੱਲੋਂ ਕੋਈ ਸਹਾਇਕ ਨਹੀਂ ਹੈਗਾ ਨਾ ਕੋਈ ਐਨ ਆਰ ਆਈ ਬੰਦਿਆਂ ਵੱਲੋਂ ਇਹਨਾਂ ਦਾ ਸੰਯੋਗ ਜਿੰਨਾ ਵੀ ਦੇ ਹੁੰਦਾ ਉਹਨਾਂ ਤੁਸੀਂ ਟੀਮ ਵੱਲੋਂ ਵੀ ਜਾਉਂਦਾ ਐਨਆਰਆਈ ਬੰਨਿਆਂ ਨੂੰ ਵੱਲੋਂ ਦਵਾ ਸਕਦੇ ਆ ਮੈਂ ਆਪ ਦਾ ਬਹੁਤ ਧੰਨਵਾਦ ਕਰਦਾ ਨਾਲ ਦੇ ਰੂਮ ਚ ਤਾ ਕੋਈ ਇੰਨਾ ਕੋਈ ਪੁੱਛਣ ਵਾਲੀ ਗੱਲ ਹੀ ਨਹੀਂ ਹੈਗੀ ਰਸੋਈ ਵੀ ਡਿੱਗੀ ਹੋਈ ਆ ਬਾਥਰੂਮ ਵੀ ਸਾਰੇ ਘਰ ਦੀ ਕੰਡੀਸ਼ਨ ਖਰਾਬ ਹੋ ਚੁੱਕੀ ਆ ਸਾਬ ਕਾਫੀ ਆ ਦੱਸਦੇ ਵੀ ਆ ਦੇਖੇ ਹੋਏ ਵੀ ਆ ਤਾਂ ਆਪ ਵੀ ਮੈਂ ਇੱਕ ਵਾਰੀ ਦੇਖੇ ਗਏ ਸੀ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਕਹਿੰਦੇ ਸੀ ਦੇਖੋ ਘਰ ਦੀ ਕੰਡੀਸ਼ਨ ਫਿਰ ਮੈਂ ਕਿਹਾ ਮਾ ਤਾਂ ਫੋਟੋਆਂ ਵੀ ਲੈ ਕੇ ਗਈ ਮੈਂ ਪਟਵਾਰੀ ਸਾਹਿਬ ਉਹਨਾਂ ਨੂੰ ਮਿਲੇ ਅੱਗੇ ਵੀਡੀਓ ਸਾਹਿਬ ਸੀਗੇ ਆਪਣੇ ਉਹਨਾਂ ਨੂੰ ਵੀ ਮਿਲੀ ਪਰ ਇਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ ਇਸ ਤੋਂ ਇਲਾਵਾ ਮਦਕੀ ਜਿੱਦਾਂ ਵੀ ਇਹ ਕਿਸੇ ਕੋ ਰੋਂਦੇ ਵੀ ਜਾ ਕੇ ਕੋਈ ਨਹੀਂ ਸੁਣਵਾਈ ਕਰਦਾ ਉਹ ਕਹਿੰਦੇ ਵੀ ਮਦਕੀ ਕੀ ਕਰਨਾ ਇਹਨਾਂ ਨੇ ਇਕੱਲੇ ਹੈਗੇ ਆ ਰਹਿਣ ਸਹਿਣ ਆਪਣਾ ਕਰਨ ਜਾਂ ਨਾ ਕਰਨ ਇਦਾਂ ਮੋਰੇ ਜਵਾਬ ਅਗਲੇ ਦੇ ਦਿੰਦੇ ਫਿਰ ਹੁਣ ਆਪਾਂ ਵੀ ਇਸ ਗੱਲ 'ਚ ਕੋਈ ਵੱਡੀ ਗੱਲ ਕਰ ਨਹੀਂ ਸਕਦੇ ਹੈਗੇ ਜਿੰਨਾ ਵੀ ਬਾ ਕੀ ਵੱਧ ਤੋਂ ਵੱਧ ਆਪਣਾ ਬਾਹਰ ਸੰਜੋਗ ਹੋਵੇ ਨਾ ਨਾ ਦਵਾਇਆ ਜਾਵੇ